ਜੋ ਮੈਂ ਅਬਜ਼ਰਵ ਕੀਤਾ ਵੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਸੀਗਾ ਉਹ ਇਸ ਸੀਮ ਦੇ ਮੁਕਾਬਲੇ ਚੀਜ਼ਾਂ ਨੂੰ ਸਹੀ ਢੰਗ ਨਾਲ ਰੱਖ ਰਿਹਾ ਸੀ। ਠੀਕ ਹੈ, ਕੇਂਦਰ ਦੇ ਮੁਕਾਬਲੇ ਉਹਦੀ ਬਿਆਨਬਾਜ਼ੀ ਵੀ ਹੁੰਦੀ ਸੀ। ਮੁੱਖ ਮੰਤਰੀ ਆ, ਇਹ ਵਿਖਾਵਾ ਤਾਂ ਕਰਦੇ ਕਿਸਾਨਾਂ ਦੇ ਨਾਲ ਦਾ, ਅਸੀਂ ਦੋ ਤਿੰਨ ਗੱਲਾਂ ਕਿਹੜਾ, ਇੱਕ ਸੀਐਮ ਨੂੰ ਪੰਜਾਬੀਆਂ ਦਾ ਸੀਐਮ ਬਣ ਕੇ ਧੜਲੇ ਨਾਲ ਲੜਨਾ ਚਾਹੀਦਾ ਕੇਂਦਰ ਦੇ ਖਿਲਾਫ, ਭਾਵੇਂ ਅਸੀਂ ਕੈਪਟਨ ਅਮਰਿੰਦਰ ਨੂੰ ਇਹ ਨਹੀਂ ਕਹਿੰਦੇ ਬਰੀ ਨਹੀਂ ਕਰਦੇ ਪਿਓ, ਬਟ ਉਹ ਕਿਸੇ ਹੱਦ ਤੱਕ ਇਹਦੇ ਨਾਲ ਉਹ ਚੰਗੇ ਢੰਗ ਨਾਲ ਚੀਜ਼ਾਂ ਨੂੰ ਰੱਖ ਰਿਹਾ ਸੀ। ਉਹ ਮੋਰਚਿਆਂ ਦਾ ਜਵਾਬ ਨਹੀਂ ਇਹ ਬਣਦਾ ਹੁੰਦਾ। ਜੋ ਮੈਂ ਅਬਜ਼ਰਵ ਕੀਤਾ ਵੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਸੀਗਾ ਉਹ ਇਸ ਸੀਮ ਦੇ ਮੁਕਾਬਲੇ ਚੀਜ਼ਾਂ ਨੂੰ ਸਹੀ ਢੰਗ ਨਾਲ ਰੱਖ ਰਿਹਾ ਸੀ। ਠੀਕ ਹੈ, ਕੇਂਦਰ ਦੇ ਮੁਕਾਬਲੇ ਉਹਦੀ ਬਿਆਨਬਾਜ਼ੀ ਵੀ ਹੁੰਦੀ ਸੀ। ਜਿਹੜਾ ਹੋਣ ਵਾਲੇ ਮੁੱਖ ਮੰਤਰੀ ਆ, ਇਹ ਵਿਖਾਵਾ ਤਾਂ ਕਰਦੇ ਕਿਸਾਨਾਂ ਦੇ ਨਾਲ ਦਾ, ਅਸੀਂ ਦੋ ਤਿੰਨ ਗੱਲਾਂ ਕਹੀਆਂ ਵੀ ਸਾਡੇ ਤਾਂ ਹਰਿਆਣੇ ਦੇ ਹਰਿਆਣੇ ਵਾਲੇ ਅੰਦਰ ਆ ਕੇ ਨਾਕਾ ਲਾ ਕੇ ਬੈਠੇ ਸੀ ਐਮ ਸਾਹਿਬ, ਇਹ ਸਾਨੂੰ ਮਾਲ ਮਹਿਕਮਾ ਕਹਿ ਰਿਹਾ, ਤੇ ਤੁਸੀਂ ਉਹਦਾ ਖਿਲਾਫ਼ ਪਰਚਾ ਕਰੋ ਵੀ ਸਾਡੀ ਟੈਰੀਟਰੀ ਨੂੰ ਕਿਉਂ ਇਸਤੇਮਾਲ ਕੀਤਾ, ਸਾਡੀ ਟੈਰੀਟਰੀ 'ਚ ਗੋਲੀ ਕਿਉਂ ਚੱਲ ਰਹੀ ਆ, ਸਾਡੀ ਟੈਰੀਟਰੀ ਦੇ ਵਿੱਚ ਡਰੋਨਾਂ ਰਾਹੀਂ ਬੰਬਾਟ ਕਿਉਂ ਹੋ ਰਹੀ ਆ। ਅਸੀਂ ਬਕਾਇਦਾ ਡੱਲੇਵਾਲ ਸਾਹਿਬ ਨੇ ਬਿਆਨ ਲਿਖ ਕੇ ਦਿੱਤਾ ਵੀ ਮੈਂ ਮੇਰਾ ਬਿਆਨ ਲੈ ਲਓ, ਕੱਲ੍ਹ ਐੱਫ ਆਈ ਆਰ ਕਰੋ। ਜਦੋਂ ਸ਼ੁਭਕਰਨ ਸ਼ਹੀਦ ਹੋ ਗਿਆ ਉਦੋਂ ਜ਼ੀਰੋ ਐੱਫ ਆਈ ਆਰ 'ਤੇ ਵੀ ਦੇਖ ਲਓ ਕਿੰਨੇ ਦਿਨ ਉਹਦੀ ਲਾਸ਼ ਪਈ ਰਹੀ। ਤਾਂ ਮੈਨੂੰ ਲੱਗਦਾ ਵੀ ਜਿਹੜਾ ਇੱਕ ਸੀਐਮ ਨੂੰ ਪੰਜਾਬੀਆਂ ਦਾ ਸੀਐਮ ਬਣ ਕੇ ਧੜਲੇ ਨਾਲ ਲੜਨਾ ਚਾਹੀਦਾ ਕੇਂਦਰ ਦੇ ਖਿਲਾਫ਼, ਭਾਵੇਂ ਅਸੀਂ ਕੈਪਟਨ ਅਮਰਿੰਦਰ ਨੂੰ ਇਹ ਨਹੀਂ ਕਹਿੰਦੇ ਬਰੀ ਨਹੀਂ ਕਰਦੇ ਪਿਓ, ਬਟ ਉਹ ਕਿਸੇ ਹੱਦ ਤੱਕ ਇਹਦੇ ਨਾਲ ਉਹ ਚੰਗੇ ਢੰਗ ਨਾਲ ਚੀਜ਼ਾਂ ਨੂੰ ਰੱਖ ਰਿਹਾ ਸੀ। ਇਹ ਚੰਗੇ ਢੰਗ ਨਾਲ ਸਾਨੂੰ ਰੱਖਦੇ ਨਹੀਂ, ਜਾਂ ਸਾਨੂੰ ਲੱਗਦਾ ਡਰਦੇ ਨਜ਼ਰ ਆਉਂਦੇ ਵੀ ਸੈਂਟਰ ਦਾ ਦਬਾਅ ਹੀ ਇੰਨਾ ਬਣ ਰਿਹਾ ਕਈਆਂ ਚੀਜ਼ਾਂ ਦੇ ਵਿੱਚ। ਪੋਲੀਟੀਕਲ ਤੌਰ 'ਤੇ ਜਿਵੇਂ ਉਭਾਰਨਾ ਚਾਹੀਦਾ, ਮੈਂ ਤੁਹਾਨੂੰ ਤੀਜੇ ਸੀਐਮ ਦੀ ਗੱਲ ਕਰਦਾ ਜਿਹਨਾਂ ਦੀ ਹੁਣ ਗਾਂ ਸਰਕਾਰ ਆਉਂਦੀ ਆਸ ਦੀ, ਉਹਦਾ ਸਿੱਧੇ ਉੱਥੋਂ ਸ਼ੁਰੂ ਹੁੰਦੇ ਹੁੰਦੇ ਵੀ ਸੈਂਟਰ ਸਾਡੀ ਦੁਸ਼ਮਣ ਆ ਜੀ, ਇਹਨਾਂ ਜੀ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਮੁਕਾਬਲੇ ਤਾਂ ਇਹਨਾਂ ਦੇ ਪ੍ਰਚਾਰ ਪ੍ਰੋਪੋਗੰਡਾ ਵਧੀਆ ਕਰ ਜਾਂਦੇ, ਆ ਸਾਡੇ ਵਾਲੇ ਸੀਐਮ ਨੂੰ ਤਾਂ ਸੈਂਟਰ ਦੇ ਖਿਲਾਫ਼ ਪ੍ਰਚਾਰ ਪ੍ਰੋਪੋਗੰਡਾ ਵੀ ਨਹੀਂ ਕਰਨਾ ਹੁੰਦਾ ਵੀ ਕਈਆਂ ਮੁੱਦਿਆਂ 'ਤੇ ਸੀਐਮ ਨੇ ਬਿਆਨਬਾਜ਼ੀ। ਨਾ ਨਾ, ਉਹਨਾਂ ਕਿਸਾਨਾਂ ਵਾਲੇ ਮਸਲੇ ਤੋਂ ਉਹਨਾਂ ਮੁਖਰ ਹੋ ਕੇ ਨਹੀਂ ਬੋਲਦੇ, ਤੁਸੀਂ ਕੋਈ ਬਿਆਨ ਲਿਆਓ ਉਹਨਾਂ ਦਾ। ਨਾ ਨਾ, ਮੈਂ ਤਾਂ ਉਹ ਵਿਚੋਲਾ ਸਾਡਾ ਕਹਿੰਦੇ ਨੇ ਵਿਚੋਲਾ ਸਾਹਿਬ, ਤਾਂ ਉਹਨਾਂ ਨਾਲ ਖੜਦੇ ਜੋ ਜੋ ਪੰਜਾਬ 'ਚ ਘਟਨਾਵਾਂ ਸੀ, ਤਾਂ ਪੰਜ ਸੱਤ ਬੰਦੇ ਇਹਨਾਂ ਦੇ ਬਾਰਡਰਾਂ ਤੋਂ ਹਰਿਆਣਾ ਗਵਰਨਮੈਂਟ ਦੇ ਜਾਂ ਦਿੱਲੀ ਦੀ ਸੀ ਆਈ ਡੀ ਦੇ ਫੜ ਕੇ ਫੜਾ ਤੇ ਵੀ ਆਹ ਸ਼ਰਾਰਤ ਕਰ ਰਹੇ ਆ, ਕੋਈ ਕਾਰਵਾਈ ਨਹੀਂ। ਇਹ ਕੋਈ ਐੱਫ ਆਈ ਆਰ ਲਿਖ ਲੈਂਦਾ ਵੀ ਤੁਹਾਡੇ ਬੰਦੇ ਪੰਜਾਬ ਦੀ ਟੈਰੀਟਰੀ 'ਚ ਆ ਕੇ ਸ਼ਰਾਰਤ, ਇਹਦਾ ਮਤਲਬ ਪੰਜਾਬ ਤੇ ਸੈਂਟਰ ਦਾ ਜੁਆਇੰਟ ਆਪਰੇਸ਼ਨ ਸੀ। ਅਸੀਂ ਤਾਂ ਸਪਸ਼ਟ ਪੁੱਛਿਆ ਇਹਨਾਂ ਨੂੰ ਵੀ ਇਹਦਾ ਜਵਾਬ ਦਿਓ ਵੀ ਤੁਹਾਡਾ ਤੇ ਸੈਂਟਰ ਦਾ ਜੁਆਇੰਟ ਆਪਰੇਸ਼ਨ ਸੀ, ਤੁਸੀਂ ਕੀ ਕੋਆਰਡੀਨੇਟ ਕਰ ਰਹੇ ਹੋ ਸੈਂਟਰ ਦੇ ਨਾਲ? ਹਾਂ, ਫਿਰ ਤਾਂ ਅਸੀਂ ਤਾਂ ਕਹਿੰਦੇ ਨੇ ਵੀ ਜਦੋਂ ਤੁਹਾਡੇ ਵਾਲੇ ਪਾਸੋਂ ਫਰਕ ਲੱਗਦਾ ਕੀ ਕੋਆਰਡੀਨੇਟ ਕਰਦੇ ਜੇ ਫਿਰ। ਤਾਂ ਮੈਨੂੰ ਲੱਗਦਾ ਵੀ ਮੈਂ ਵਿਅਕਤੀਗਤੀ ਤੌਰ 'ਤੇ ਦੋਵਾਂ ਸਰਕਾਰਾਂ ਨੂੰ ਦੇਖਿਆ, ਅਸੀਂ ਨਹੀਂ ਕਹਿੰਦੇ ਕੋਈ ਕਮੀ ਕਾਂਗਰਸ 'ਚ ਨਹੀਂ, ਕਾਂਗਰਸ 'ਚ ਵੀ ਕਮੀਆਂ, ਕੈਪਟਨ ਅਮਰਿੰਦਰ 'ਚ ਵੀ ਕਮੀਆਂ, ਹੁਣ ਉਹ ਭਾਜਪਾ ਚਲਾ ਗਿਆ, ਬਟ ਇਹਦੇ ਨਾਲੋਂ ਵਧੀਆ ਰੱਖ ਟੱਕਦਾ ਸੀਗਾ ਸੀ।